ਦੋਸਤੋ, ਜਿਵੇਂ ਜਿਵੇਂ ਪੰਜਾਬ ਵਿੱਚ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ, ਉੱਥੇ ਉੱਥੇ ਹੀ ਕ੍ਰਾਈਮ ਵੀ ਵੱਧਦਾ ਜਾ ਰਿਹਾ ਹੈ। ਜੀ, ਖਬਰ ਹੈ ਲੁਧਿਆਣਾ ਤੋਂ, ਜਿੱਥੇ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਇੱਕ ਮੁਖਬਰੀ ਹੋਈ ਕਿ ਵਿਜੇ ਕੁਮਾਰ, ਅੰਗਰੇਜ਼ ਸਿੰਘ, ਜਤਿੰਦਰ ਸਿੰਘ, ਮੋਹਨ ਕੁਮਾਰ ਅਤੇ ਸ਼ੈਂਕੀ ਵਰਮਾ, ਜੋ ਕਿ ਸ਼ਮਸ਼ਾਨ ਘਾਟ ਸਾਹਮਣੇ ਪਾਰਕ ਮਾਡਲ ਟਾਊਨ ਲੁਧਿਆਣਾ ਵਿੱਚ ਡਾਕਾ ਮਾਰਨ ਦੀ ਫਿਰਾਕ ਵਿੱਚ ਬੈਠੇ ਸਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਪੁਲਿਸ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਰੇਡ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਮੁਲਜ਼ਮ ਲੁਧਿਆਣਾ ਦੇ ਹੀ ਦੱਸੇ ਜਾ ਰਹੇ ਹਨ, ਜੋ ਕਿ ਲੁਧਿਆਣਾ ਦੇ ਵੱਖ ਵੱਖ ਮੁਹੱਲਿਆਂ ਵਿੱਚ ਰਹਿੰਦੇ ਸਨ। ਪੁਲਿਸ ਕਮਿਸ਼ਨਰ ਦਾ ਇਸ ਬਾਰੇ ਕੀ ਕਹਿਣਾ ਰਿਹਾ, ਆਓ ਤੁਸੀਂ ਵੀ ਸੁਣੋ। ਸੁਖਵਿੰਦਰ ਸਿੰਘ ਮੌਨੀ ਐਂਡ ਉਹਦੇ ਸਾਥੇ ਸਾਥੀਆਂ ਵੱਲੋਂ ਕੀਤਾ ਗਿਆ ਸੀ, ਜਿਹਦੇ ਬੇਸ 'ਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਐਂਡ ਉਸ ਤੋਂ ਬਾਅਦ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਅਤੇ ਇਹਨਾਂ ਦੀ ਲੋਕੇਸ਼ਨ ਦਿੱਲੀ ਦੀ ਸਹਾਰਨਪੁਰ ਦੀ ਅਤੇ ਹਰਿਦੁਆਰ ਸਾਈਡ ਦੀ ਆ ਰਹੀ ਸੀ। ਇਸ ਬੇਸ 'ਤੇ ਪੁਲਿਸ ਨੇ ਇਹਨਾਂ ਡਿਸਟ੍ਰਿਕਟਾਂ ਦੀ ਪੁਲਿਸ ਨਾਲ ਕੰਟੈਕਟ ਕੀਤਾ ਅਤੇ ਜਦੋਂ ਮਿਲੇਗੀ ਹਰਿਦੁਆਰ ਦੇ ਵਿੱਚ ਇਹ ਹਾਜ਼ਰ ਅਤੇ ਸਾਡੀ ਟੀਮ ਨੇ ਹਰਿਦੁਆਰ ਪੁਲਿਸ ਦੇ ਥਰੂ ਕੰਟੈਕਟ ਕਰਕੇ ਇਹਨਾਂ ਨੂੰ ਅਰੈਸਟ ਕਰਵਾਇਆ ਐਂਡ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਕੀਤੀ। ਇਹਦੇ ਵਿੱਚ ਇਹਨੇ ਆਪਣੀ ਸਾਰੀ ਕਹਾਣੀ ਆਪਣੀ ਮਰਡਰ ਦੀ ਦੱਸੀ। ਇਹਦੇ ਵਿੱਚ ਪਤਾ ਚੱਲਿਆ ਕਿ ਇਹ ਜਿਹੜੀ ਪਲੈਨਿੰਗ ਹੈ ਇਹਨੇ 13 ਜਨਵਰੀ ਨੂੰ ਸ਼ੁਰੂ ਕੀਤੀ ਸੀਗੀ। 13 ਜਨਵਰੀ ਨੂੰ ਇਹ ਲੋਹੜੀ ਵਾਲੇ ਦਿਨ ਲੁਧਿਆਣੇ ਆ ਕੇ ਰੈਕੀ ਕਰਕੇ ਗਿਆ ਪਹਿਲਾਂ ਐਂਡ ਉਸ ਤੋਂ ਬਾਅਦ 19 ਨੂੰ ਇਹਨਾਂ ਨੇ ਆਪਣੇ ਸਾਥੀ ਸੁਮਿਤ ਚੋਟੀ ਦੇ ਨਾਲ ਮਿਲ ਕੇ ਸੁਖਵਿੰਦਰ ਮੌਨੀ ਨੇ ਹਰਿਦੁਆਰ ਤੋਂ ਇੱਕ ਗੱਡੀ ਵੈਗਨਾਰ ਹੋਈ। ਗੱਡੀ ਖੋਣ ਤੋਂ ਪਹਿਲਾਂ ਇਹਨਾਂ ਨੇ ਇੱਕ ਮੋਟਰਸਾਈਕਲ ਚੋਰੀ ਕੀਤੀ। ਮੋਟਰਸਾਈਕਲ ਦੇ ਤੋਂ ਇਹ ਗਏ ਆਪਣੇ ਇੱਕ ਸੁਨਸਾਨ ਜਗ੍ਹਾ 'ਤੇ, ਉੱਥੋਂ ਗੱਡੀ ਲੰਘ ਰਹੀ ਸੀਗੀ ਵੈਗਨਾਰ, ਉਹ ਗੱਡੀ ਖੋਈ, ਮੋਟਰਸਾਈਕਲ ਉੱਥੇ ਹੀ ਛੱਡਤਾ ਐਂਡ ਉਸ ਤੋਂ ਬਾਅਦ ਇਹਨਾਂ ਨੇ ਉਸ ਗੱਡੀ ਦੀ ਨੰਬਰ ਪਲੇਟ ਚੇਂਜ ਕੀਤੀ। ਨੰਬਰ ਪਲੇਟ ਚੇਂਜ ਕਰਨ ਲਈ ਵੀ ਇਹਨਾਂ ਨੇ ਪਹਿਲਾਂ ਟੋਲ ਪਲਾਜ਼ੇ 'ਤੇ ਖੜ੍ਹੇ ਹੋ ਕੇ ਇਹ ਰੈਕੀ ਕੀਤੀ ਕਿ ਉਸ ਵਾਈਟ ਕਲਰ ਦੀ ਵੈਗਨਾਰ ਜਿਹੜੀ ਇਹਨਾਂ ਨੇ ਖੋਈ ਸੀਗੀ, ਕੋਈ ਵੈਗਨਾਰ ਲੰਘਦੀ ਹੋਵੇ। ਜਦੋਂ ਕੋਈ ਵੈਗਨਾਰ ਲੰਘੀ, ਉਹਨਾਂ ਨੇ ਨੰਬਰ ਉਹਦੀ ਫੋਟੋ ਖਿੱਚ ਲਈ ਵੈਗਨਾਰ ਦੀ, ਉਹ ਸੇਮ ਨੰਬਰ ਪਲੇਟ ਬਣਾ ਕੇ ਇਹਨਾਂ ਨੇ ਲਗਾ ਲਈ ਤਾਂ ਕਿ ਪੁਲਿਸ ਕਦੀ ਨਾ ਕਿਤੇ ਕੋਈ ਚੈੱਕ ਵੀ ਕਰੇ ਅਤੇ ਉਹ ਔਨਲਾਈਨ ਐਪ ਦੇ ਵਿੱਚ ਵਾਈਟ ਕਲਰ ਦੀ ਵੈਗਨਾਰ ਹੀ ਸ਼ੋ ਹੋ ਗਏ। ਉਸ ਤੋਂ ਬਾਅਦ ਇਹ ਲੁਧਿਆਣੇ ਆ ਗਏ ਐਂਡ ਲੁਧਿਆਣੇ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਸ ਜਗ੍ਹਾ ਦੀ ਰੈਕੀ ਕੀਤੀ। ਬੰਦੇ ਇਹਨੇ ਆਪਣੇ ਬਾਕੀ ਸਾਥੀ ਜਿਹੜੇ ਸੀਗੇ ਉਹ ਮਰਨ ਵਾਲੇ ਦੇ ਮਗਰ ਲਗਾਏ ਕਿ ਉਹ ਉਸਨੂੰ ਹਰ ਇੱਕ ਖਾ ਰਿਹਾ, ਇੱਥੇ ਪੀ ਰਿਹਾ, ਇੱਥੇ ਬੈਠਾ ਹੈ ਐਂਡ ਇਹਨਾਂ 7 ਬੰਦੇ ਇਸ ਮਰਡਰ ਦੇ ਵਿੱਚ ਸ਼ਾਮਿਲ ਸੀ। 7 ਦੇ ਵਿੱਚ ਪੁਲਿਸ ਨੇ 4 ਬੰਦੇ ਗ੍ਰਿਫਤਾਰ। ਇਹਦਾ ਮੋਟਿਵ ਇਹੀ ਸਾਹਮਣੇ ਆਇਆ ਕਿ ਇਸ ਨੂੰ ਮੌਨੀ ਨੂੰ ਸ਼ੱਕ ਸੀ ਕਿ ਜਿਹੜਾ ਜਿੰਦੀ ਹੈ ਉਹ ਪੁਲਿਸ, ਇਸ ਤੋਂ ਪਹਿਲਾਂ ਵੀ ਮੌਨੀ ਨੇ ਇੱਕ ਬਹੁਤ ਵੱਡਾ ਬੈਂਕ ਦੇ ਵਿੱਚ ਡਾਕਾ ਮਾਰਿਆ ਸੀ 2016 ਦੇ ਵਿੱਚ, ਅਗਸਤ 2016 ਦੇ ਵਿੱਚ। ਉਸ ਤੋਂ ਬਾਅਦ ਜਦੋਂ ਇਹ ਪੇਸ਼ੀ 'ਤੇ ਆਇਆ ਅਤੇ ਇਹਨੇ ਫਿਰ ਪੇਸ਼ੀ ਦੇ ਵਿੱਚ ਜਦੋਂ ਆਇਆ ਇਹਨੇ ਮੁਲਾਜ਼ਮ ਨੂੰ ਧੱਕਾ ਮਾਰ ਕੇ ਉੱਥੋਂ ਇਹ ਦੌੜਨ ਦੇ ਵਿੱਚ ਸਫਲ ਹੋ ਗਿਆ ਸੀ। ਤਕਰੀਬਨ ਇਹ 1.25 ਸਾਲ ਜੇਲ੍ਹ ਦੇ ਵਿੱਚ ਰਿਹਾ। 1.25 ਸਾਲ ਬਾਅਦ ਇਹ ਪੁਲਿਸ ਹਿਰਾਸਤ ਦੇ ਵਿੱਚੋਂ ਇਹ ਫਰਾਰ ਹੋ ਗਿਆ। ਉਹ ਇਹ ਪਰਚਾ ਇਹਦੇ 'ਤੇ ਐਫ ਆਈ ਆਰ ਦਰਜ ਹੋ ਗਈ। ਇਹਦੇ 'ਤੇ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਹੈ, ਉਹਨਾਂ ਦੀ ਟੀਮ ਆ ਕੇ ਇਹਨਾਂ ਨੂੰ ਗ੍ਰਿਫਤਾਰੀ ਕੋਰਟ ਦੇ ਥਰੂ ਗ੍ਰਿਫਤਾਰ ਕਰਕੇ ਲੈ ਜਾਵੇਗੀ। ਇੱਕ ਜਿਹੜਾ ਦਰਪਣ ਨਾਂ ਦਾ ਬੰਦਾ ਹੈ ਉਹ ਸਾਨੂੰ ਵੀ ਵਾਂਟਡ ਹੈ ਮਰਡਰ ਕੇਸ ਦੇ ਵਿੱਚ, ਜਿੰਦੀ ਵਾਲੇ ਮਰਡਰ ਕੇਸ ਦੇ ਵਿੱਚ ਐਂਡ ਅੰਬਾਲੇ ਵਾਲਿਆਂ ਨੂੰ ਵੀ ਵਾਂਟਡ ਹੈ, ਜਿਸ ਨੂੰ ਕਿ ਅਸੀਂ ਅਰੈਸਟ ਕਰ ਲਵਾਂਗੇ। ਇਸ ਤੋਂ ਬਾਅਦ
ਜਿਹੜੀ ਇਸਦੀ ਪਿਛਲੇ 7 ਦਿਨ ਦੀ ਪੁੱਛਗਿੱਛ ਹੈ। 20 ਜਨਵਰੀ ਨੂੰ ਲੁਧਿਆਣੇ ਦੇ ਵਿੱਚ ਇੱਕ ਵਿਆਹ ਦਾ ਮਰਡਰ ਹੋਇਆ ਸੀ, ਜਿਹਦੇ ਵਿੱਚ ਹਰਜਿੰਦਰ ਸਿੰਘ ਚੰਡੀ ਨਾਂ ਦੇ ਬੰਦੇ ਨੂੰ ਗੋਲੀ ਮਾਰ ਕੇ ਸ਼ਾਮ ਨੂੰ ਰਾਤ ਨੂੰ ਮਾਰ ਗਏ ਸੀ, ਜਿਹਦੇ ਵਿੱਚ ਅਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਐਂਡ ਉਸ ਸੁਖਵਿੰਦਰ ਸਿੰਘ ਮੌਨੀ ਦੇ ਖਿਲਾਫ 22 ਨੇਮ ਐਫ ਆਈ ਆਰ ਦਰਜ ਕੀਤੀ ਅਤੇ ਬਾਕੀ ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਕੀਤੀ। ਅਤੇ ਪੁਲਿਸ ਨੇ ਸੀ ਆਈ ਏ ਦੀ ਟੀਮ ਨੇ ਥਾਣੇ ਦੀ ਟੀਮ ਨੇ ਮਿਹਨਤ ਕਰਕੇ ਇਸ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ। ਜਿਹੜਾ ਸੁਖਵਿੰਦਰ ਸਿੰਘ ਮੌਨੀ ਹੈ ਇਹਦੇ ਖਿਲਾਫ਼ ਵੱਖ ਵੱਖ ਥਾਣਿਆਂ ਦੇ ਵਿੱਚ 20 ਪਰਚੇ ਦਰਜ ਹਨ। ਇਹਨੇ ਪਹਿਲਾਂ 2016 ਦੇ ਵਿੱਚ ਬੈਂਕ ਡਕੈਤੀ ਵੀ ਲੁਧਿਆਣੇ ਦੇ ਵਿੱਚ ਕੀਤੀ ਸੀਗੀ, ਜਿਹਦੇ ਵਿੱਚ ਇਹ ਜੇਲ੍ਹ ਵੀ ਰਹਿ ਕੇ ਆਇਆ। ਉਸ ਤੋਂ ਬਾਅਦ ਇਹ ਹਿਰਾਸਤ ਤੋਂ ਫਰਾਰ ਹੋ ਗਿਆ ਐਂਡ ਇਹਨੇ ਫਿਰ ਹਰਿਦੁਆਰ ਦੇ ਵਿੱਚ ਵੀ ਇੱਕ ਏ ਟੀ ਐੱਮ ਦੀ ਮਸ਼ੀਨ ਲੁੱਟੀ ਸੀਗੀ, ਜਿਸ ਵਿੱਚ ਉਸਨੂੰ 25 ਲੱਖ ਰੁਪਏ ਮਿਲੇ ਸੀ। ਇਸ ਨੂੰ ਸ਼ੱਕ ਸੀ ਮੌਨੀ ਨੂੰ ਕਿ ਜਿਹੜਾ ਮਰਨ ਵਾਲਾ ਹੈ ਜਿੰਦੀ, ਇਹ ਪੁਲਿਸ ਨੂੰ ਇਹਦੇ ਬਾਰੇ ਦੱਸਦਾ ਰਹਿੰਦਾ ਹੈ ਐਂਡ ਇਸ ਨੂੰ ਗ੍ਰਿਫਤਾਰ ਕਰਵਾਉਂਦਾ ਹੈ ਬਾਰ ਬਾਰ। ਜਿਹਦੀ ਰੰਜਿਸ਼ ਕਰਕੇ ਇਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਨੂੰ ਮਾਰਨ ਦੀ ਯੋਜਨਾ ਬਣਾਈ ਐਂਡ ਇਹ ਲੋਹੜੀ ਵਾਲੇ ਦਿਨ ਇਹਨਾਂ ਦੀ ਪਲੈਨਿੰਗ ਬਣੀ ਐਂਡ 10 ਦਿਨ ਬਾਅਦ ਇਹਨਾਂ ਨੇ ਉਸ ਪਲੈਨਿੰਗ ਨੂੰ ਐਗਜੀਕਿਊਟ ਕਰਦੇ ਉਸਨੂੰ ਬੰਦੇ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਹ ਕਤਲ ਕਰਨ ਤੋਂ ਬਾਅਦ ਇਹ ਦੋਨੋਂ ਜਿਹੜੇ ਆਪਣੇ ਮੇਨ ਬੰਦੇ ਸੀਗੇ ਉਹ ਮੌਨੀ ਐਂਡ ਸੁਮਿਤ ਚੋਟੀ, ਇਹ ਦੋਨੋਂ ਅੰਬਾਲੇ ਚਲੇ ਗਏ। ਉਸ ਤੋਂ ਬਾਅਦ ਸਹਾਰਨਪੁਰ ਐਂਡ ਦਿੱਲੀ, ਇਸ ਤੋਂ ਬਾਅਦ ਹਰਿਦੁਆਰ ਚਲੇ ਗਏ। ਪੁਲਿਸ ਨੂੰ ਲੁਧਿਆਣਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ, ਅਸੀਂ ਹਰਿਦੁਆਰ ਪੁਲਿਸ ਨਾਲ ਸਾਂਝੀ ਕਰਕੇ ਇਹਨਾਂ ਨੂੰ ਹਰਿਦੁਆਰ ਤੋਂ ਗ੍ਰਿਫਤਾਰ ਕਰਵਾਇਆ ਐਂਡ ਫਿਰ ਸਾਡੀ ਪੁਲਿਸ ਨੇ ਇਹਨਾਂ ਦੇ ਗ੍ਰਿਫਤਾਰ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ। ਉਹਦੇ ਵਿੱਚ ਜਿਹੜੀ ਇਹਨਾਂ ਨੇ ਮਰਡਰ ਦੇ ਵਿੱਚ ਗੱਡੀ ਯੂਜ਼ ਕੀਤੀ ਸੀਗੀ ਵੈਗਨਾਰ, ਹਰਿਦੁਆਰ ਤੋਂ ਸਨੈਚ ਕੀਤੀ ਸੀ। ਉਹ ਹਰਿਦੁਆਰ ਤੋਂ ਖੋ ਕਰਨ ਤੋਂ ਬਾਅਦ ਇਸ ਗੱਡੀ ਦੀ ਨੰਬਰ ਪਲੇਟ ਚੇਂਜ ਕਰਕੇ ਇਹ ਲੁਧਿਆਣੇ ਆ ਗਏ ਐਂਡ ਇਹਨਾਂ ਨੇ ਫਿਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜੋ ਕਿ ਗੱਡੀ ਹੈ ਉਹ ਹਰਿਦੁਆਰ ਦੇ ਵਿੱਚ ਅਸੀਂ ਬਰਾਮਦ ਕਰਵਾ ਲਈ ਸੀ ਐਂਡ ਜਿਹੜੇ ਪਿਸਟਲ ਇਹਨਾਂ ਨੇ ਯੂਜ਼ ਕੀਤੇ ਸੀਗੇ ਉਹ ਵੀ ਹਰਿਦੁਆਰ ਪੁਲਿਸ ਵੱਲੋਂ ਬਰਾਮਦ ਹੋ ਚੁੱਕੇ ਹਨ। ਅਤੇ ਜਦੋਂ ਅਸੀਂ ਇਹਨਾਂ ਦੀ ਪੁੱਛਗਿੱਛ ਕੀਤੀ ਅਤੇ ਇਹਨਾਂ ਨੇ ਜਿਹੜੇ ਮਰਨ ਵਾਲੇ ਦਾ ਪਰਸ ਔਰ ਉਹਦੇ ਜਿਹੜੇ ਚੈਨੀ ਵਗੈਰਾ ਲੈ ਗਏ ਸੀਗੇ ਉਹ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਬਰਾਮਦ ਕਰ ਲਏ। ਸਰ ਕਿੰਨੇ ਦੋਸ਼ੀ ਕਾਬੂ ਕੀਤੇ ਗਏ ਹੁਣ ਤੱਕ, ਕਿੰਨੇ ਗਲੇ ਫਰਾਰ ਨੇ? ਇਸ ਮਰਡਰ ਦੇ ਵਿੱਚ ਜਿਹੜੀ ਸਾਰੀ ਅਸੀਂ ਡਿਵਾਈਡ ਨਾਲ ਪੜਤਾਲ ਕੀਤੀ ਅਤੇ 7 ਮੁਲਜ਼ਮ ਨੂੰ ਸਾਹਮਣੇ ਆਏ, ਜਿਹਦੇ ਵਿੱਚ ਅਸੀਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 3 ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਚੱਲ ਰਹੀ। ਇਹ ਸਾਰੇ ਹੀ ਜਵਾਹਰ ਨਗਰ ਕੈਂਪ ਏਰੀਆ ਹੈ ਆਪਣਾ ਲੁਧਿਆਣੇ ਦਾ, ਉਸ ਏਰੀਏ ਦੇ ਰਹਿਣ ਵਾਲੇ। ਬਾਕੀ ਜੋ ਇਹ ਮੌਨੀ ਦੇ ਖਿਲਾਫ 20 ਪਰਚੇ ਦਰਜ ਹੈ, ਇਹਦਾ ਹੀ ਇੱਕ ਆਪਣੇ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ। ਉਸ ਏਰੀਏ ਦੇ ਬੰਦਿਆਂ ਨੂੰ ਆਪਣੇ ਜਿਹੜਾ ਜਵਾਹਰ ਨਗਰ ਕੈਂਪ ਦੇ ਏਰੀਏ ਦੇ ਬੰਦਿਆਂ ਨੂੰ ਆਪਣੇ ਮਗਰ ਲਗਾ ਕੇ ਉਹਨਾਂ ਨੂੰ ਮਿਸਗਾਈਡ ਕਰਦਾ। ਅਤੇ ਸਰ ਜਿਹੜੀ ਕੋਈ ਰਿਕਵਰੀ ਹੈ ਜਿਵੇਂ ਏ ਟੀ ਐੱਮ ਲੁੱਟਣ ਦੀ, ਉਹਨਾਂ ਦੇ ਪੈਸੇ ਸੀ, ਉਹ ਕੋਈ ਰਿਕਵਰੀ ਪੈਸੇ ਹੋਈ ਜਾਂ ਜਿਹੜਾ ਇਹਨਾਂ ਨੇ ਦੇ ਵਿੱਚ 2 ਏ ਟੀ ਐੱਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਦੇ ਵਿੱਚ ਕੋਈ ਪੈਸਾ ਗਾਇਆ ਹੋਇਆ ਨਹੀਂ ਸੀ, ਕੇਵਲ ਏ ਟੀ ਐੱਮ ਨੂੰ ਨੁਕਸਾਨ ਪਹੁੰਚਾਇਆ ਕੋਸ਼ਿਸ਼ ਕੀਤੀ ਸੀ, ਲੇਕਿਨ ਏ ਟੀ ਐੱਮ ਇਹਨਾਂ ਤੋਂ ਟੁੱਟੇ ਨਹੀਂ ਸੀਗੇ। ਉਹ ਵਾਰਦਾਤਾਂ ਪੁਲਿਸ ਨੇ ਟਰੇਸ ਕਰ ਲਈ ਹੈ। ਇੱਕ ਜਗਰਾਓਂ ਡਿਸਟ੍ਰਿਕਟ ਦੇ ਵਿੱਚ ਵਾਰਦਾਤ ਇਹਨਾਂ ਨੇ ਕੀਤੀ ਸੀ, ਜਿਹਦੇ ਵਿੱਚ ਇਹ ਏ ਟੀ ਐੱਮ ਮਸ਼ੀਨ ਨੂੰ ਪੁੱਟ ਕੇ ਲੈ ਗਏ ਸੀਗੇ, ਜਿਹਦੇ ਵਿੱਚ ਕਿ ਤਕਰੀਬਨ 25 ਲੱਖ ਰੁਪਇਆ ਸੀ। ਉਹ ਵਾਰਦਾਤ ਵੀ ਇਹਨੇ ਮੰਨੀ ਹੈ, ਲੇਕਿਨ ਉਹਦੇ ਵਿੱਚ ਕੁਛ ਮੁਲਜ਼ਮ ਹਲੇ ਫੜਨ ਵਾਲੇ ਰਹਿੰਦੇ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਏ ਟੀ ਐੱਮ ਦੇ ਬਾਰੇ ਪਤਾ ਲੱਗੂਗਾ। ਅਸੀਂ ਜਗਰਾਓਂ ਪੁਲਿਸ ਨਾਲ ਵੀ ਇਹ ਜਾਣਕਾਰੀ ਸਾਂਝਾ ਕਰੋਟਲ। ਇਸ ਮੌਨੀ ਦੇ ਖਿਲਾਫ਼ ਜੋ 20 ਪਰਚੇ ਹੈ
ਕੱਲ੍ਹ ਦਾ 45 ਬੰਦਿਆਂ ਦਾ ਗੈਂਗ ਹੈ ਇਸ ਤਰੀਕੇ ਦਾ ਹੁਣ ਤੱਕ ਸਾਹਮਣੇ ਆਇਆ, ਜਿਹਦੇ ਵਿੱਚ 4-5 ਬੰਦਿਆਂ ਦੀ ਮੌਤ ਵੀ ਹੋ ਚੁੱਕੀ ਹੈ, ਕੁਛ ਬੰਦੇ 15 ਦੇ ਕਰੀਬ ਬੰਦੇ ਜੇਲ੍ਹ ਦੇ ਵਿੱਚ ਹਨ, ਅਤੇ 15 ਬੰਦਿਆਂ ਦੇ ਖਿਲਾਫ਼ ਅਸੀਂ ਡਕੈਤੀ ਦੀ ਯੋਜਨਾ ਬਣਾ ਰਹੇ ਸੀ, ਉਹਨਾਂ ਦੇ ਖਿਲਾਫ਼ ਵੱਖ ਵੱਖ ਥਾਣਿਆਂ ਦੇ ਵਿੱਚ ਅਸੀਂ ਪਰਚੇ ਦਰਜ ਕੀਤੇ ਹਾਂ ਅਤੇ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ। ਸਿੰਗਲ ਅਸੀਂ ਲਿਸਟ ਬਣਾਈ ਹੈ ਲੁਧਿਆਣਾ ਦੇ ਵਿੱਚ, ਜਿਹੜੇ ਕਿ ਵਾਰ ਵਾਰ ਹਾਰਡ ਕੋਰ ਤਾਂ ਨਹੀਂ, ਲੇਕਿਨ ਜਿਹੜੇ ਵਾਰ ਵਾਰ ਜਦੋਂ ਜ਼ਮਾਨਤ 'ਤੇ ਬਾਹਰ ਆ ਜਾਂਦੇ ਆ ਅਤੇ ਵਾਰ ਵਾਰ ਉਹ ਵਾਰ ਵਾਰ ਦਰਜ ਕਰਦੇ ਹਨ। ਅਸੀਂ ਤਕਰੀਬਨ 700 ਦੇ ਕਰੀਬ ਇਸ ਤਰੀਕੇ ਦੇ ਮੁਲਜ਼ਮ ਆਈਡੈਂਟੀਫਾਈਡ ਕੀਤੇ ਹਨ, ਜੋ ਕਿ ਗੱਡੀਆਂ ਚੋਰੀ ਕਰਦੇ ਹਨ, ਮੋਬਾਈਲ ਸਨੈਚ ਕਰਦੇ ਹਨ, ਜਾਂ ਗੈਂਗ ਬਣਾ ਕੇ ਇਸ ਤਰੀਕੇ ਦੀ ਵਾਰਦਾਤ ਕੋਈ ਵਗੈਰਾ ਦੀ ਵਾਰਦਾਤ ਕਰਦੇ ਹਨ, ਜਾਂ ਨਸ਼ੇ ਦੀ ਵਾਰਦਾਤਾਂ ਵਾਰ ਵਾਰ ਕਰਦੇ ਹਨ। ਇਹ ਬੰਦੇ ਪੁਲਿਸ ਫੜ ਕੇ ਜੇਲ੍ਹ ਭੇਜ ਦਿੰਦੀ ਹੈ, 2 ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ, ਫਿਰ ਦੁਬਾਰਾ ਹੀ ਵਾਰਦਾਤਾਂ ਕਰਦੇ ਹਨ। ਅਤੇ ਅਸੀਂ ਇਹਨਾਂ ਦੀ ਸਰਵੇਲੈਂਸ ਦਾ ਇੱਕ ਸਿਸਟਮ ਬਣਾਇਆ ਹੈ, ਅਸੀਂ ਹਰੇਕ ਥਾਣੇ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨ ਲਗਾ ਰਹੇ ਹਾਂ, ਜਦੋਂ ਵੀ ਬੰਦਾ ਜੇਲ੍ਹ ਦੇ ਬਾਹਰ ਆਊਗਾ ਜੇਲ੍ਹ ਤੋਂ, ਉਹ ਆਪਣੀ ਥਾਣੇ ਦੇ ਵਿੱਚ ਡੇਲੀ ਹਾਜ਼ਰੀ ਲਗਾ ਕੇ ਜਾਵੇਗਾ, ਤਾਂ ਕਿ ਉਹਦੀ ਐਕਟੀਵਿਟੀਜ਼ 'ਤੇ ਅਸੀਂ ਨਜ਼ਰ ਰੱਖ ਸਕੀਏ ਕਿ ਉਹ ਕੋਈ ਦੁਬਾਰਾ ਉਸ ਤਰੀਕੇ ਦੀ ਗਲਤ ਕੰਮ ਤਾਂ ਨਹੀਂ ਕਰ ਰਹੇ। ਇਹ ਮਸ਼ੀਨਾਂ ਅਸੀਂ ਜਲਦੀ ਚਾਲੂ ਕਰਵਾ ਦਾਂਗੇ ਇਹਨਾਂ ਨੂੰ, ਤਾਂ ਕਿ ਜਿਹੜਾ ਮੁਲਜ਼ਮਾਂ ਦੇ ਅਸੀਂ ਪੂਰੀ ਨਿਗਾਹ ਰੱਖ ਸਕੀਏ। ਪ੍ਰਾਈਮ ਉਹਦੇ ਲਈ ਲੁਧਿਆਣਾ ਤੋਂ ਕੈਮਰਾਮੈਨ ਦਵਿੰਦਰ ਦੇ ਨਾਲ HS ਗੰਭੀਰ ਦੀ ਰਿਪੋਰਟ।